ਮੈਂ ਵੀ ਪੜਿਆ ਸੁਣਿਆ ਰਾਤ ਉਹ ਇੱਕ ਗਿਣੀ ਮਥੀ ਸਾਜ਼ਿਸ਼ ਆ। ਇਹ ਜਿਹੜੀ ਗੱਲ ਅੱਜ ਦੀ ਨਹੀਂ, ਇਹ ਗੱਲ ਕਰੀਬ ਕੋਈ ਅਕਤੂਬਰ ਮਹੀਨੇ ਦੀ ਆ, ਅਕਤੂਬਰ ਜਾਂ ਨਵੰਬਰ ਮਹੀਨੇ ਦੀ, ਅਕਤੂਬਰ ਦੀ ਆ ਮੇਰਾ ਖਿਆਲ। ਇਹ ਕਾਇਮ ਵਾਲਾ ਇੱਕ ਖੱਡ ਆ, ਗੌਰਮੈਂਟ ਦੀ ਅਪਰੂਵ ਖੱਡ ਆ, ਉਹ ਸਾਡੇ ਇਲਾਕੇ 'ਚ ਇੱਕ ਸਰਜੀਤ ਸਿੰਘ ਕੋਟਲੀ ਕੰਬੋਜ ਦਾ ਉਹਨੇ ਲਈ ਆ। ਉਹਨਾਂ ਨੇ ਜਦੋਂ ਉੱਥੇ ਕੰਮ ਸ਼ੁਰੂ ਕੀਤਾ, ਪਹਿਲਾਂ ਵੀ ਉੱਥੇ ਖੜ ਚੱਲਦੀ ਸੀ, ਜਦੋਂ ਉਹਨਾਂ ਨੇ ਨਵੇਂ ਸਿਰਿਓਂ ਲਈ ਅਤੇ ਕੰਮ ਸ਼ੁਰੂ ਕੀਤਾ, ਉਹਨਾਂ ਨੂੰ ਉੱਥੇ ਲੋਕਲ ਜਿਹੜੇ ਉਮਰਿਆਲ ਦੇ ਕੁਛ ਲੋਕ ਸੀ, ਲੇਬਰ ਵਾਲੇ ਲੋਕ, ਉਹਨਾਂ ਨੇ ਉਹਨਾਂ ਦੇ ਕੰਮ ਦਾ ਵਿਰੋਧ ਕੀਤਾ ਅਤੇ ਗੱਲ ਮੇਰੇ ਕੋਲ ਆਈ। ਮੈਨੂੰ ਇਹਨਾਂ ਦਾ ਵੀ ਮੇਰੇ ਕੋਲ ਸੁਨੇਹਾ ਆਇਆ ਵੀ ਅਸੀਂ ਭਾਅ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਮੈਂ ਕਿਹਾ ਜੀ ਆਓ, ਜੀ ਸਦ ਕੇ ਆਓ। ਸਾਡੇ ਕੋਲ ਜਿਹੜਾ ਬੰਦਾ ਦੁਖੀ ਆ ਉਹਨੇ ਆਪਣੀ ਗੱਲ ਲੈ ਕੇ ਆਉਣੀ। ਕਿਸੇ ਦਾ ਬੇਟੀ ਦਾ ਝਗੜਾ ਹੁੰਦਾ, ਕਿਸੇ ਦਾ ਪਰਿਵਾਰਕ ਹੋਰ ਝਗੜਾ ਹੁੰਦਾ, ਕਿਸੇ ਦਾ ਪ੍ਰੋਪਰਟੀ ਦਾ ਝਗੜਾ ਹੁੰਦਾ, ਕੋਈ ਪਿੰਡ ਦੇ ਹੋਰ ਸਾਂਝੇ ਝਗੜੇ ਹੁੰਦੇ ਆ, ਅਤੇ ਇਹ ਵੀ ਇਸੇ ਤਰ੍ਹਾਂ ਹੀ ਮੇਰੇ ਇਲਾਕੇ ਦੇ ਲੋਕ ਸੀ। ਉਹ ਆਏ ਔਰ ਉਹਨਾਂ ਨੇ ਆ ਕੇ ਜਦੋਂ ਮੈਨੂੰ ਗੱਲ ਕਹੀ, ਮੈਂ ਕਿਹਾ ਦੇਖੋ ਵੀਰੋ, ਜੋ ਬੰਦੇ ਲੇਬਰ ਵਾਲੇ ਵੀ ਮੈਂ ਸੱਦੇ, ਲਖਵਿੰਦਰ ਸਿੰਘ ਹੁਣੀ ਵਗੈਰਾ ਸਾਰੇ ਸੱਦੇ, ਮੈਂ ਕਿਹਾ ਕੀ ਪ੍ਰੋਬਲਮ ਕੀ ਆ? ਕਹਿੰਦੇ ਭਾਅ ਜੀ ਅਸੀਂ ਸਾਨੂੰ ਉੱਥੇ ਇਹ ਰੁਜ਼ਗਾਰ ਨਹੀਂ ਦੇ ਰਹੇ। ਕਿਉਂਕਿ ਕਿਉਂ ਨਹੀਂ ਦੇ ਰਹੇ? ਵੀ ਅਸੀਂ ਇੱਥੇ ਜਿਹੜੇ ਪੁਰਾਣੇ ਲੋਕ ਕੰਮ ਕਰਦੇ ਸੀ ਉਹਨਾਂ ਨੂੰ ਦੇ ਰਹੇ, ਸਾਨੂੰ ਐਡਜਸਟ ਨਹੀਂ ਕਰਦੇ। ਮੈਂ ਤਾਂ ਉਹਦੇ ਵਿੱਚ ਇੰਨੀ ਗੱਲ ਹੀ ਕਹੀ ਵੀ ਯਾਰ, ਜੇ ਤੁਸੀਂ ਵਿਰੋਧੀਆਂ ਨੂੰ ਐਡਜਸਟ ਕੀਤਾ ਤਾਂ ਇਹਨਾਂ ਨੂੰ ਵੀ ਐਡਜਸਟ ਕਰ ਦਿਓ। ਮੈਂ ਕੋਈ ਗੁਨਾਹ ਨਹੀਂ ਕੀਤਾ ਉੱਥੇ, ਜਾਂ ਮੈਂ ਕੋਈ ਆਪਣੀ ਡਿਮਾਂਡ ਰੱਖੀ ਆ। ਸੋ ਇਸ ਕਰਕੇ ਅੱਜ ਉਹ ਬਖਲਾੜ ਦੇ ਵਿੱਚ ਆ ਸਾਡੇ ਵਿਰੋਧੀ, ਉਹਨਾਂ ਨੂੰ ਕੋਈ ਹੋਰ ਮੇਰੇ 'ਤੇ ਮੁੱਦਾ ਨਹੀਂ ਲੱਭ ਰਿਹਾ। ਇਹ ਗੱਲ ਅੱਜ ਕਿਉਂ ਕਹੀ ਕੀਤੀ ਗਈ? ਕੱਲ੍ਹ ਪਰਸੋਂ ਕੋਈ ਅਖਬਾਰ 'ਚ ਖਬਰ ਲਵਾਈ ਗਈ, ਇਹ ਕਿਉਂ ਲਵਾਈਆਂ ਜਾਂਦੀਆਂ? ਕਿਉਂਕਿ ਇਹਨਾਂ ਖਬਰਾਂ ਦੇ ਆਸਰੇ ਉਹ ਪਾਰ ਨਹੀਂ ਹੋਣਗੇ। ਪਾਰ ਲੋਕਾਂ ਨੂੰ ਪਤਾ, ਜਿਹਨਾਂ ਨੇ ਲੋਕਾਂ ਨੇ ਕਿਹਨੂੰ ਕਰਨਾ ਪਾਰ। ਦੁਬਾਰਾ ਗੱਲ ਲਓ, ਪੈਸੇ ਦੀ ਕੋਈ 13 ਤਰੀਕ ਤੱਕ ਦੀ ਗੱਲ ਕੀਤੀ ਹੋਗੀ? ਕੋਈ ਨਹੀਂ, ਮੈਂ ਕੋਈ ਨਹੀਂ ਤਰੀਕ ਤੱਕ ਹੈਗਾ ਸਿਰਫ ਨਹੀਂ, ਉਹ ਤਾਂ ਕੋਈ ਸਾਡੀ ਹੋਰ ਕੋਈ ਗੱਲ ਹੋ ਸਕਦੀ ਹੈ। ਪੰਚਾਇਤੀ ਤੌਰ 'ਤੇ ਬੈਠੇ ਸੀ ਉੱਥੇ, ਪੈਸੇ ਦੀ ਗੱਲ ਨਹੀਂ। ਅੱਜ ਖੱਡ ਵਾਲਿਆਂ ਨੂੰ ਪੁੱਛ ਲਓ, ਮੈਂ ਸਰਜੀਤ ਸਿੰਘ ਦਾ ਨੰਬਰ ਦੇ ਦਿੰਦਾ ਤੁਹਾਨੂੰ, ਉਹਨੂੰ ਤੁਸੀਂ ਮੀਟਿੰਗ ਕਰ ਲਓ ਵੀ ਕੀ ਉਹਨਾਂ ਕੋਲ ਅੱਜ ਤੱਕ ਅਸੀਂ, ਉਹ ਮੇਰੇ ਲੋਕਲ ਤਾਂ ਬੰਦੇ ਆ, ਮੈਂ ਇੱਕ ਰੁਪਈਏ ਦਾ ਰਵਾਦਾਰ ਹੋਵਾਂ ਇਸ ਕੰਮ ਦੇ ਵਿੱਚ? ਇਨਲੀਗਲ ਮਾਈਨਿੰਗ 'ਚ ਮੇਰਾ ਉਹ 1 ਰੁਪਈਏ ਦਾ ਰਵਾਦਾਰ ਹੋਵਾਂ? ਸਿਆਸਤ ਛੱਡ ਕੇ ਘਰ ਬੈਠ ਜੂੰਗਾ ਸਾਹਿਬ ਜੀ? ਇੱਕ ਗੱਲ ਸੁਣ ਲਓ, ਇਹ ਅਪਰੂਵਡ ਖੜ ਸੀ, ਮੈਂ ਨਾਲ ਉੱਥੇ ਇਹ ਵੀ ਬੋਲਿਆ ਪ੍ਰਸ਼ਾਸਨ ਦੇ ਹਿਸਾਬ ਨਾਲ ਕੰਮ ਚੱਲਣਾ, ਸਿਸਟਮ ਨਾਲ ਚੱਲਣਾ, ਸਿਸਟਮ ਤੋਂ ਬਾਹਰ ਹੋ ਕੇ ਨਹੀਂ ਤੁਸੀਂ ਕੰਮ ਚਲਾ ਸਕਦੇ, ਬੋਲਿਆ ਮੇਰੀ ਆਵਾਜ਼ ਆਉਂਦੀ ਆ, ਫਿਰ ਉਹ 'ਚ ਸੱਚ ਦਾ ਸੱਚ ਸੱਚ ਸਾਹਮਣੇ ਹਮੇਸ਼ਾ ਰਹੂਗਾ। ਦੇਖੋ ਜੀ, ਉਹ ਮੁੱਦਾ ਅਤੇ ਉਹਨਾਂ ਦੀ ਆਦਤ ਆ ਕਾਂਗਰਸ ਦੀ ਸ਼ੁਰੂ ਤੋਂ ਸਾਰੀ ਦੀ, ਕਿ ਲੁੱਟਣਾ ਕੁੱਟਣਾ ਸਾਰਾ ਉਹਨਾਂ ਦਾ ਕੰਮ ਆ। ਰੇਤਾ ਜਿੰਨੀ ਮਾਇਨਿੰਗ ਚੱਲ ਰਹੀ ਆ ਉਹ ਸਾਰੀ ਲਾਡੀ ਸ਼ੇਰਵਾਲੀਆਂ ਦੀ ਚੱਲ ਰਹੀ ਆ, ਹੋਰ ਕੋਈ ਬੋਲਦਾ? ਇਸ ਕਰਕੇ ਮਤਲਬ ਕਿ ਹੁਣ ਸਾਰਾ ਨੰਗਾ ਹੋ ਗਿਆ ਸਾਹਮਣੇ, ਹੁਣ ਉਹਦੀ ਸਾਰੀ ਵੀਡੀਓ ਵਾਇਰਲ ਹੋ ਗਈ। ਹੁਣ ਜਵਾਬ ਉਹ ਦੇਵੇ ਕਿ ਮੈਂ ਕੀ ਜਵਾਬ ਦਿੰਦਾ, ਮੈਂ ਕਿੱਦਾਂ ਲੋਕਾਂ ਨੂੰ ਲੁੱਟਦਾ ਰਿਹਾ, ਕਿੱਦਾਂ ਕੁੱਟਦਾ ਰਿਹਾ, ਕਿੰਨੇ ਪਰਚੇ ਉਹਨੇ ਝੂਠੇ ਕਰਾਏ ਆ ਪੁਲਿਸ ਦੇ ਕੋਲੋਂ। ਹੁਣ ਵੀ ਪੁਲਿਸ ਦੇ ਦਬਾਅ ਦੇ ਨਾਲ ਥਾਣਿਆਂ 'ਚ ਖਿੱਚਦਾ ਵਾ, ਕਦੀ ਕਿਸੇ ਨੂੰ ਕਹਿੰਦਾ ਤੇਰੇ ਰਿਵਾਲਵਰ ਪਵਾ ਦੂੰਗਾ, ਕਦੀ ਕਿਸੇ ਨੂੰ ਕੁਛ ਕਹਿੰਦਾ, ਮਤਲਬ ਕਿ ਦਬਾਅ ਨਾਲ ਆਪਣੇ ਨਾਲ ਜੋੜਨ ਪੈਂਦਾ ਵਾ। ਲੋਕ ਬੜੇ ਸਿਆਣੇ ਆ, ਇਸ ਦਬਾਬੇ ਦੇ ਲੋਕ ਬਹੁਤ ਸਿਆਣੇ ਆ, ਇਹ ਦਬਾਅ ਥੱਲੇ ਕਦੇ ਵੀ ਕਿਸੇ ਥੱਲੇ ਨਹੀਂ ਆਉਣਗੇ। ਜੋ ਰੇਤਾ ਨੇ ਕੰਮ ਕੀਤਾ ਵਾ ਉਹਨੂੰ ਕੋਈ ਵੀ ਸਹਿਣ ਨਹੀਂ ਕਰੂਗਾ।